ਲੁਧਿਆਣਾ 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 ਪਹੁੰਚ ਗਏ ਲੁਧਿਆਣੇ ਕਿੱਥੇ ਉਹ ਸਾਹਮਣੇ ਆ ਉਹ ਸੀ ਬਰਸੀ ਬੰਦੂਕ ਬੰਦਾ ਨਿਕਲੀ ਸਿਮਰਨ ਦੇ ਸ਼ੂਜ ਜਿਹੜੇ ਸਿਮਰਨ ਨੇ ਲੈ ਕੇ ਜਾਣੇ ਨਾਲ ਸਨੋ ਸ਼ੂਜ ਡੈਕੈਥਲੋਨ ਆਏ ਆ ਅਸੀਂ ਪਸੰਦ ਆਏ ਕੋਈ ਕਿ ਨਹੀਂ ਬਾਕੀ ਜਿੰਨੀ ਵੀ ਸ਼ੋਪਿੰਗ ਹੈ ਸਿਮਰਨ ਦੀ ਕੈਨੇਡਾ ਜਾਣ ਵਾਸਤੇ ਕਿਤੇ ਉਹ ਘਰੇ ਦਿਖਾਵਾਂਗੇ ਹਾਂ ਇੱਕ ਆਹ ਕਲਰ ਪਾ ਇੱਕ ਉਹ ਕਲਰ ਪਾ ਠੀਕ ਹੈ ਬੇਟਾ ਸੌਕਸ ਜਿਹੜੀ ਬਹੁਤ ਮੋਟੀ ਪੈਣੀ ਹੈ ਥੋੜ੍ਹਾ ਵੱਡਾ ਲਈ ਚੰਗਾ ਠੀਕ ਲੱਗ ਰਿਹਾ ਠੀਕ ਹੈ ਨਹੀਂ ਟਾਈਟ ਹੈ ਹੁਣ ਦੇਖ ਰਹੀ ਜੈਕਟ ਨਹੀਂ ਨਹੀਂ ਵੱਡਾ ਤਾਂ ਨਹੀਂ ਠੀਕ ਹੈ ਸਹੀ ਲੱਗ ਰਿਹਾ ਸਹੀ ਹੈ ਨਾ ਸਹੀ ਹੈ ਨਾ ਉਹੀ ਇਹ ਸੇਮ ਹੈ ਮਾਈਨਸ 35 ਵਾਲੀ ਮਾਈਨਸ 35 ਹੋਇਆ ਹੈ ਸਾਨੂੰ 20 ਹੈ 20 ਹਾਂ ਬਸ ਸਹੀ ਹੈ ਸਹੀ ਹੈ ਪਰ ਜ਼ਰੂਰੀ ਪਾਣ ਦੀ ਲੋੜ ਨਹੀਂ ਸੀ ਪਾਣ ਦੀ ਲੋੜ ਨਹੀਂ ਫਿਰ ਅਸੀਂ ਕਿਉਂ ਚੱਲਣਗੇ ਹਾਂ ਪ੍ਰੀਤੀ ਤਾਂ ਕਹਿ ਰਹੀ ਹੈ ਨਹੀਂ ਅਰੇ ਹਾਂ ਮੇਰੇ ਕੋਲ ਸਰ ਉੱਪਰ ਸਾਈਜ਼ ਵੱਡਾ ਨਾ ਇਹ ਹਾਂ ਸਾਈਜ਼ ਵੱਡਾ ਹੀ ਚਾਹੀਦਾ ਮੈਂ ਜਾ ਰਹੀ ਹਾਂ ਕੈਨੇਡਾ ਤੇ ਉਹਦੇ ਵਾਸਤੇ ਮੈਂ ਕਰ ਰਹੀ ਹਾਂ ਸ਼ਾਪਿੰਗ ਕੈਬ ਲਿੱਤੀ ਹੈ ਨਾ ਹੁਣ ਤੁਸੀਂ ਇਹ ਦੱਸੋ ਵੀ ਮੈਂ ਕਿਵੇਂ ਲੱਗਦਾ ਬਹੁਤ ਵਧੀਆ ਉਹ ਜੰਗਲ ਨਹੀਂ ਹੁੰਦੇ ਜੰਗਲੀ ਉਹ ਲੱਗਣ ਡੇ ਟਾਈਟ ਹੋ ਗਿਆ ਨਾ ਇਹ ਚ ਵੱਡਾ ਦੇਖ ਇੱਕ ਨੰਬਰ ਪੁੱਛ ਹੁਣ ਦੀਦੀ ਨੂੰ ਅੱਖਾਂ ਸਿਰਫ ਰਹਿਣੀਆਂ ਗਵਰ ਸਿਰਫ ਅੱਖਾਂ ਰਹਿਣੀਆਂ ਨੱਕ ਵੀ ਟਿਕੋ ਚੰਗੀ ਤਰ੍ਹਾਂ ਹਾਂ ਜੀ ਸਹੀ ਰਹੂਗੀ
ਇੱਧਰ ਆ ਜਾ, ਕਿੱਧਰ ਭੱਜ ਕਰਦੇ ਹੋ? ਸ਼ੀਸ਼ਾ ਦੇਖ ਰਿਹਾ ਮੈਂ, ਆ ਇੱਧਰ ਆ, ਸ਼ੀਸ਼ਾ ਤੇ ਦੇਖਣਾ। ਜੀ ਸ਼ੋਪਿੰਗ ਸ਼ੋਪਿੰਗ ਕਰ ਲਈ ਅਸੀਂ, ਸਿਮਰਨ ਦੀ ਸ਼ੋਪਿੰਗ ਕਰ ਲਈ ਜਿਹੜੀ ਸਿਮਰਨ ਨੇ ਨਾਲ ਲੈ ਕੇ ਜਾਣੀ ਸੀ ਜੈਕਟ ਲੈ ਲਈ, ਬਾਕੀ ਜੋ ਵੀ ਸ਼ੋਪਿੰਗ ਹੈ ਤੁਹਾਨੂੰ ਘਰ ਜਾ ਕੇ ਪ੍ਰੋਪਰ ਦਿਖਾਵਾਂਗੇ। ਤੇ ਇੱਧਰ ਚੱਲਦਾ ਪਿਆ ਫੋਟੋ ਸ਼ੂਟ। ਤੇ ਲਓ ਗਾਈਸ, ਅਸੀਂ ਪਹੁੰਚ ਗਏ ਲੁਧਿਆਣੇ, ਲੁਧਿਆਣੇ ਰੁਕੇ ਆ ਕੁਝ ਖਾਣ ਪੀਣ ਵਾਸਤੇ, ਤੇ ਇੱਧਰ ਅਕਾਰ ਨੂੰ ਫੋਨ ਤੇ ਫੋਨ ਆਈ ਜਾ ਰਹੇ ਨੇ, ਮਿਸਟਰ ਸਿੰਘ ਪਤਾ ਨਹੀਂ ਕਿਹਦਾ ਫੋਨ ਆ, ਤੇ ਛੁੱਟੀ ਵਾਲੇ ਦਿਨ ਵੀ ਨਹੀਂ ਫੋਨ ਜਾਣ ਛੱਡਦੇ। ਇੱਧਰ ਪਿੱਛੇ ਦੇਖੋ। ਰਾਜੇ ਵਾਰੀ ਪਿੰਕ ਕਲਰ ਦਾ ਕਰਤਾ ਸੀ, ਇਸ ਵਾਰ ਕੈਨੇਡਾ ਛੋਟਾ ਕਰਤਾ, ਨਾਲ ਹੀ ਲੋਹੜੀ ਵਾਲੇ ਦਿਨ ਅਸੀਂ ਕੇਕ ਕੱਟ ਰਹੇ ਆ। ਚਮਚਾ ਲੈ, ਚਮਚਾ ਚਮਚਾ ਲੈ, ਇੱਕ ਵੱਡਾ ਕੰਮ ਤੇ ਮੰਮਾ ਰਹਿੰਦਾ ਅੱਜ ਕੱਲ ਵਾਲਾ। ਮੱਧੇ ਵੀਡੀਓ ਆਨ ਕੀਤੀ ਨਾ, ਹੁਣੇ ਬੰਦ ਕੀਤੀ ਸੀ, ਮੈਨੂੰ ਲੱਗਿਆ ਸਿੰਮੂ ਨੂੰ ਸਾਰਾ ਕੇਕ ਖਵਾ ਦੇਣਾ, ਸਿੰਮੂ ਨੂੰ ਮਿੱਠਾ ਬਣਾ ਲੈ ਕੇ। ਚਲੋ ਜਾਓ ਭਾਜੀ, ਮੈਂ ਵੀ ਖਵਾਨੀ ਆ, ਤੁਸੀਂ ਜਾਓ ਪਹਿਲਾਂ, ਜਾ ਅਮਨ ਤੂੰ ਵੀ ਜਾ, ਅਮਨ ਸਹੀ ਗੱਲ ਹੈ, ਆਹੋ ਮਾਵੀ ਗਮਨ ਖਵਾਰੀ ਆਪਣੀ ਸਿਸਟਰ ਨੂੰ, ਐਂਡ ਹੈਪੀ ਜਰਨੀ। ਹਾਂ ਸਿਮੋ ਨਾ ਕਿਹ ਲੱਗ ਗਿਆ ਕਹਿੰਦਾ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਰਾਜੋ ਕਹਿ ਕੇ ਕਹਿਣਾ ਬੋੜੇ।
ਇਹ ਸੇਮ ਹੀ ਵਲੌਗ ਤਿੰਨੇ ਪੈਣਗੇ ਯਾਰ ਕੈਮਰੇ ਵੱਲ ਕਰਨਾ ਸੀ ਆਹ ਕੈਨੇਡਾ ਝੰਡਾ ਨਾ ਦਿਖਾਤਾ ਅੱਛਾ ਦਿਖਾਤਾ ਕੈਮਰੇ ਤੇ ਝੰਡਾ ਆ ਗਿਆ ਬੈਠਾ ਖੋਤਾ ਹੈ ਹੈਪੀ ਜਨਨੀ ਹੈਪੀ ਜਨਨੀ ਇੱਕ ਬਿਗ ਸਰਪ੍ਰਾਈਜ਼ ਹੋ ਰਿਹਾ ਹੈਪਾ ਲੋਨਾ ਉਹ ਲੋ ਦੁਬਾਰ ਕਹਿੰਦੇ ਕੰਮ ਨਹੀਂ ਕਰਨਾ ਨਹੀਂ ਕਰਨਗੇ ਇਹ ਜਨਨੀ ਲੋੜੀ ਆ ਉਹ ਤਾਂ ਡ ਗਿਆ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਹੋਰ ਤੁਹਾਡੀ ਬੈਕਗ੍ਰਾਉਂਡ ਜੀ ਮੈਨੂੰ ਵਧੀਆ ਵੀ ਲੱਗ ਰਿਹਾ ਤੇ ਥੋੜੀ ਜੀ ਘਬਰਾਹਟ ਵੀ ਹੈਗੀ ਹੈ ਬੱਚਾ ਚੜ੍ਹਦੀ ਕਲਾ ਚ ਹੀ ਰਹੇ ਤੇ ਸੱਚੇ ਪਾਤਸ਼ਾਹ ਸਾਡੇ ਨਾਲ ਹੈ ਸਟਰਗਲ ਕਰਨਾ ਜਿਹੜਾ ਆਉਂਦਾ ਹੈ ਹਨਾ ਤੇ ਜਿਹੜੀ ਲਾਈਫ ਦਾ ਜਿਹੜਾ ਦੂਸਰਾ ਨਾਮ ਹੀ ਸਟਰਗਲ ਹੈ ਜਿਹੜੀ ਲਾਈਫ ਦੇ ਸਟਰਗਲ ਨਾ ਹੋਇਆ ਹੋਰ ਕੋਈ ਫਾਇਦਾ ਨਹੀਂ ਉਸ ਲਾਈਫ ਦਾ ਹਨਾ ਆਰਾਮ ਨਾਲ ਬੈਠਦੇ ਸਾਰੇ ਜਣੇ ਪਲੀਜ਼ ਬੈਠ ਤੇ ਮੇਰੀ ਰਿਕੁਐਸਟ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਪ੍ਰਮਾਤਮਾ ਸਾਡੇ ਨਾਲ ਹੈ ਤੇ ਅੱਗੇ ਵੀ ਪ੍ਰਮਾਤਮਾ ਸਾਡੇ ਨਾਲ ਹੀ ਰਵੇ ਸਹੀ ਗੱਲ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਪਤਾ ਹੀ ਕਹਿੰਦੇ ਵੀ ਜਿਨ੍ਹਾਂ ਦੇ ਬੱਚੇ ਜਾ ਰਹੇ ਨੇ ਵਾਹਿਗੁਰੂ ਉਸ ਤੋਂ ਬਾਅਦ ਸਾਰਿਆਂ ਨੂੰ ਤਰੱਕੀਆਂ ਬਖਸ਼ਣ ਹਾਂ ਤੇ ਸਾਰੇ ਸੁਪਨੇ ਪੂਰੇ ਹੋਣ ਕੀ ਦੀ ਜੀ ਬਾਕੀ ਮੈਂ ਦੇ ਮੈਂ ਤੂੰ ਖਾ ਲਈ ਅੰਦਰ ਕੋਈ ਚਾਹ ਪਾਣੀ ਪੀ ਲਈ ਤੇ ਫਿਰ ਉਦੋਂ ਬਾਅਦ ਜਾ ਕੇ ਮੈਂ ਹੁਣ ਦਿੱਲੀ ਉੱਥੇ ਚੱਲਣੇ ਤਾਂ ਹੈ ਨੀ ਇਹ ਫਿਰ ਮੈਂ ਜਾ ਤਾਂ ਸਾਨੂੰ ਭੇਜ ਇਹ ਜੇ ਨਹੀਂ ਮੈਂ ਸੰਭਾਲ ਨਹੀਂ ਭਾਈ ਜੇ ਕੋਈ ਆਇਆ ਸਾਨੂੰ ਪਤਾ ਭੇਜ ਕੇ ਉਹਨੂੰ ਕਹਿ ਦੂੰਗਾ ਗੂਗਲ ਪੇ ਕਰ ਦਾਂਗੇ ਉੱਥੇ ਔਨ ਦਾ ਸਪੋਟ ਜਿੰਨੇ ਚਾਹੀਦੇ ਉਹਨੇ ਤੁਹਾਨੂੰ ਰੇਟ ਦੀ ਕੰਮ ਹੁਣ ਗੁਰਲੀਨ ਤਾਂ ਇੰਨਾ ਸਮਾਨ ਪਿਆ ਘਰੇ ਬਹੁਤ ਜ਼ਿਆਦਾ ਇੱਕ ਤਾਂ ਜੀ ਉਹਦਾ ਮੰਮੀ ਨੂੰ ਨਜ਼ਾਰੇ ਇਹ ਬਾਕੀ ਤੇ ਅਸੀਂ ਇੱਦਾਂ ਰੱਖ ਲਾਂਗੇ ਅਸੀਂ ਆਪਦਾ ਜਿਹੜਾ ਕੋਲੋਂ ਪਤਾ ਬਚ ਗਿਆ ਉਹਨੂੰ ਹੁਣ ਦਿਨ ਚ ਖੁੱਲਣਗੇ ਦੋ ਚਾਰ ਦਿਨਾਂ ਚ ਉਹਨੂੰ ਪੁੱਛਾਂਗੇ ਵੀ ਦੱਸ ਭਾਈ ਕੀ ਹਿਸਾਬ ਕਿਤਾਬ ਹੈ ਕੀ ਮੰਗਾਉਣਾ ਦੰਮੂ ਨੂੰ ਵੀ ਨਹੀਂ ਆਉਂਦਾ ਆਪਣੇ ਕੰਮ ਜਰਾਬਾਂ ਤਾਂ ਦੇਖ ਕਿੱਧਰ ਜਾ ਰਹੀਆਂ ਕਿੱਧਰ ਨੂੰ ਗਈਆਂ ਪਤਾ ਆ ਸੌਕਸ ਕਿੱਧਰ ਗਏ ਨੇ ਉਹਦੇ ਨੀਚੇ ਬਰਾਬਰ ਬੇਟਾ ਇੱਥੇ ਅੱਖ ਚ ਵੱਜੇਗਾ ਬਾਹਰ ਲੈ ਜਾਓ ਅੱਖ ਚ ਵੱਜੇਗਾ ਫਿਰ ਬਾਹਰ ਭੱਗ ਜਾਓ ਉਹ ਵੀ ਭੱਗ ਜੂ ਵਾਲੇ ਉਹਨਾਂ ਨੂੰ ਡਾਂਟ ਨਹੀਂ ਦੇ ਰਿਹਾ ਇੰਨਾ ਗੁੱਸਾ ਆ ਰਿਹਾ ਮੈਨੂੰ ਇੱਕ ਨੇ ਤੇ ਦੇਖ ਕੇ
ਦੀਦੀ ਆ ਜਾਂਦੀ ਹੈ ਗੱਡੀ ਟੁੱਟ ਜਾਣੀ ਆਂਟੀ ਹੋਰਾਂ ਦੀ ਹੈ ਭਾਉ ਸਾਡੀ ਗੱਡੀ ਨਾ ਤੋੜਦੀ ਅੰਕਲ ਦੇਖ ਕਿੰਨੇ ਕੁ ਤੇਰੇ ਕੋਲ ਪੈਸੇ ਆ ਦੇ ਪੈਸੇ ਫਿਰ ਅੰਕਲ ਨੂੰ ਪੁੱਤਰ ਤੁਸੀਂ ਇੱਧਰ ਆਓ ਇਸ ਪਾਸੇ ਆ ਜਾਓ ਇਹ ਕਮਲਾ ਜੇ ਅੱਡ ਹੋ ਗਈ ਇੱਕ ਗੱਲ ਪੁਰਾਣੀ ਵੀ ਦੱਸ ਦਿੰਦਾ ਆ ਮੈਂ ਨਾ ਇਹਦਾ ਗਗਨ ਦਾ ਨਵਾਂ ਨਵਾਂ ਵਿਆਹ ਹੋਇਆ ਇਹ ਗਈ ਹੋਈ ਪੇਕੇ ਤੇ ਮੇਰੀ ਦੋਨੇ ਕੁੜੀਆਂ ਇਹ ਵੀ ਪੇਕੇ ਮਤਲਬ ਆਪਣੇ ਨਾਨਕੇ ਨਾਨਕੇ ਇਹ ਕਹਿੰਦੇ ਉਹ ਬਰਿੰਦਰ ਕਹਿੰਦਾ ਵੀ ਐਂ ਕਰੀਏ ਤਾਂ ਤੂੰ ਤਾਂ ਕੁੜੀਆਂ ਲੈਣ ਚੱਲੇ ਹੀ ਹੈ ਨਾਲ ਗਗਨ ਨੂੰ ਹੀ ਲਿਆਏ ਮੈਂ ਕਿਹਾ ਠੀਕ ਹੈ ਭਾਈ ਔਰ ਬਿਆਸ ਰੇਲਵੇ ਸਟੇਸ਼ਨ 'ਤੇ ਅਸੀਂ ਬੈਠੇ ਅਤੇ ਇਹਨੇ ਚੂੜਾ ਪਾ ਰੱਖਿਆ ਅਤੇ ਮੈਂ ਇਹਨੇ ਛੋਟੀ ਛੋਟੀਆਂ ਇੰਨੀ ਹੋਣਗੀਆਂ ਇੰਨੇ ਇੰਨੇ ਹੋਣਗੇ ਅਤੇ ਦੁਨੀਆਂ ਬੈਠੀ ਨਾ ਹਿਸਾਬ ਕਿਤਾਬ ਲਾਈ ਜਾਵੇ ਇਹਦਾ ਦੂਜਾ ਵਿਆਹ ਹੋਇਆ ਇਹ ਇਹਦੀ ਭੈਣ ਲੱਗਦੀ ਹੈ ਰਿਲੇਸ਼ਨ ਕੀ ਆ ਕਿਵੇਂ ਦੀ ਪਰ ਉਹ ਲੋਕਾਂ ਦਾ ਨਾ ਰਿਐਕਸ਼ਨ ਸਾਨੂੰ ਪਤਾ ਲੱਗ ਰਿਹਾ ਸੀ ਸਾਨੂੰ ਨਾ ਇਮੇਜੀਨੇਸ਼ਨ ਕਰ ਰਹੇ ਨੇ ਕਿ ਕੀ ਇਹ ਨੇ ਇਹ ਉਹ ਜੱਜ ਕਰੀ ਗਏ ਨਾ ਹਾਂ ਸਾਡਾ ਤਾਂ ਬਣਦੀ ਇਦਾਂ ਹੀ ਤੁਸੀਂ ਬੈਠੋ ਬੈਠੋ ਸੋਊਗਾ ਇੱਕ ਸਾਈਡ ਤੇ ਇੱਕ ਸਾਈਡ ਤੇ ਮੈਂ ਤਾਂ ਨਾਲ ਸੁਣਾ ਲੈਣਾ ਸੁਣਾ
ਗਲਤ ਚੱਲ ਰਿਹਾ ਦੇਖਿਆ ਇਹਦਾ ਕੰਮ ਮੈਂ ਡਾਂਟਦਾ ਮੈਂ ਡਾਂਟਦਾ ਮੈਂ ਡਾਂਟਦਾ ਬੰਦੇ ਘੈਂਟ ਦੇ ਤੁਸੀਂ ਆ ਜਾਇਆ ਕਰੋ ਚੰਗਾ ਜਰੂਰ 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 ਇਹ ਨੀ ਹੈਗਾ ਲੰਘ ਜਾਣਾ ਆਉਣਾ ਹੁਣ ਤਾਂ ਜਾਣ ਪਛਾਣ ਘਰ ਪੜ ਗਿਆ ਪਤਾ ਲੱਗ ਗਿਆ ਠੀਕ ਹੈ ਬੇਟੇ ਘਬਰਾਉਣਾ ਨਹੀਂ ਕਿਸੇ ਵੀ ਗੱਲ ਤੋਂ ਹੈ ਆਪਣਾ ਕਰ ਲਿਓ ਜਾ ਕੇ ਫੋਨ ਵਗੈਰਾ ਇੱਕ ਵਾਰ ਤੁਹਾਨੂੰ ਰਾਜ ਦੀ ਮੈਂ ਗੱਲ ਦੱਸਾਂ ਉੱਥੇ ਦਿਨ ਜਿਹੜੀ ਹੁੱਡੀ ਪਾਰ ਕੇ ਨਾ ਇਹ ਹੁੱਡੀ ਮੇਰੀ ਹੈ ਮੇਰੀ ਤੇਜ ਹੈ ਇਹ ਤੂੰ ਵੀ ਨਹੀਂ ਕਰਨੀ ਪੁੱਤ ਕਹਿੰਦੀ ਉਹ ਨਹੀਂ ਕਰਦੀ ਹੋਰ ਉਹ ਜਿਹਾ ਹੋ ਜਾਣਾ ਪੁੱਤ ਤੁਸੀਂ ਉਧਰ ਦੇਖੋ ਉਧਰ ਦੇਖੋ ਨਾ ਮੈਂ ਮਿਸ ਕਰਦਾ ਥੋੜਾ ਜਿਹਾ ਬੀਬੀ ਤਾਂ ਮੇਰੀ ਸਹੇਲੀ ਆ ਅੱਗੇ ਲਿਖਿਆ ਫਤਿਹ ਇਹਨੂੰ ਉੱਥੇ ਹੀ ਛੱਡ ਦੇਣਾ ਤੁਹਾਡੇ ਕੋਲ ਹੀ ਬਾਹਰ ਬਰਾਂਡੇ ਨੂੰ
ਬਾਏ ਬਾਏ। ਆਪਣੀ ਵੀ ਅੰਦਰ ਲਵਾਓ।